ਜਲੰਧਰ ਵਿਖੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਮੋਬਾਈਲ ਚੋਰੀ ਦੇ ਸ਼ੱਕ ਦੇ ਆਧਾਰ ਤੇ ਇੱਕ ਪ੍ਰਵਾਸੀ ਨੌਜਵਾਨ ਨੂੰ ਉਸਦੇ ਘਰੋਂ ਉਠਾ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤ ਰਾਮ ਸ਼ਬਦ ਵਾਸੀ ਬੁਲੰਦਪੁਰ ਨੇ ਦੱਸਿਆ ਕਿ ਨਾਲ ਦੇ ਕੁਆਟਰ 'ਚ ਰਹਿੰਦੇ ਪ੍ਰਵਾਸੀ ਦਾ ਬੀਤੇ ਦਿਨ ਮੋਬਾਈਲ ਚੋਰੀ ਹੋ ਗਿਆ ਸੀ। ਉਕਤ ਨੌਜਵਾਨ ਨੇ ਉਸ 'ਤੇ ਦੋਸ਼ ਲਾਉਂਦੇ ਹੋਏ ਥਾਣਾ ਮਕਸੂਦਾਂ 'ਚ ਸ਼ੱਕ ਦੇ ਆਧਾਰ 'ਤੇ ਸ਼ਿਕਾਇਤ ਕੀਤੀ ਸੀ। ਉਸਨੇ ਦੱਸਿਆ ਕਿ ਉਸਨੇ ਚੋਰੀ ਨਹੀਂ ਕੀਤੀ ਅਤੇ ਖੁਦ ਬੇਕਸੂਰ ਦੱਸਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ, ਜੋ ਕਿ ਹਸਪਤਾਲ 'ਚ ਜਰੇ ਇਲਾਜ ਹੈ। क्या नाम है आपका? राम सभा सर। कहाँ रहते हो? बुलंदपुर सर। क्या हुआ था? बाबूजी मोबाइल की चोरी हो गई थी। मोबाइल की चोरी हो गई। कहाँ हुई थी मोबाइल की चोरी? वही कहने मतलब बुलंदपुर में हमारे बगल ठीक है मकान है, वहाँ से चोरी हो गई। मेरे को पता भी नहीं चला कि कैसे चोरी हुई, क्या नहीं, मैं देखा नहीं। वो बंदा मेरा फिर पुलिस में रिपोर्ट लिखा दिया। मैं सुबह रोटी खाने चला, पुलिस पहुंची, मेरे को वहाँ से मारते मारते ले आई सर। तब के मेरी टांग पकड़ के ऊपर बांध के खूब मारा डंडा से। लमका कर मारा आपको? इस संबंध च मनप्रीत ने दसिया कि राम शब्द ने कोई फोन नहीं चोरी किया, जो कि अपनी मेहनत करता है, जिसकी पंजाब पुलिस वालों नजायज तौर पर मारकुट की गई है। की नाम ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਹੈ। ਕਿੱਥੇ ਰਹਿੰਦੇ ਹੋ? ਮੈਂ ਟਰਾਂਸਪੋਰਟ ਨਗਰ ਰਹਿੰਦਾ ਜੀ। ਕੀ ਗੱਲ ਹੋਈ ਸੀ ਅੱਜ ਜਿਹੜਾ ਤੁਸੀਂ ਬੰਦਾ ਲਿਆਂਦਾ ਉਹਦੇ ਨਾਲ? ਇਹਨਾਂ ਕੋ ਮੈਂ ਚਾਹ ਪਾਣੀ ਪੀਂਦਾ ਤੇ ਉਤਰਾ ਮੇਰੀ ਹੈਲਪ ਵੀ ਕਰਾ ਦਿੰਦਾ ਹੈ ਕੰਮ ਦੇ ਵਿੱਚ, ਰੋਟੀ ਪਾਣੀ ਮੇਰਾ ਕੁਕਿੰਗ ਵੀ ਕਰਦਾ ਮੇਰੀ। ਤੇ ਕੀ ਗੱਲ ਹੋਈ ਸੀ ਅੱਜ? ਕੱਲ ਇਹਨਾਂ ਦੀ ਕੋਈ ਗੱਲ ਹੋਈ ਹੈ, ਪਰਸੋਂ ਦੀ ਗੱਲ ਹੈ, ਤੇ ਉਹਨਾਂ ਕੋਲ ਪਰਸੋਂ ਫੋਨ ਚੋਰੀ ਹੋ ਗਿਆ ਸੀਗਾ। ਕੱਲ ਉਹਨੇ ਕੰਪਲੇਂਟ ਕਰਕੇ ਪੁਲਿਸ ਨੂੰ ਜਗਾਤਾ ਰਾਤ, ਤੇ ਉਹ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕੁੱਟਿਆ ਰਾਤ। ਤੇ ਫੋਨ ਚੋਰੀ ਇਹਨੇ ਕੀਤਾ ਸੀਗਾ? ਨਹੀਂ, ਫੋਨ ਨਹੀਂ ਇਹਨੇ ਕੋਈ ਚੋਰੀ ਕੀਤਾ, ਆਪਣੀ ਡਾਈ ਡੂਈ ਵਗੈਰਾ ਬਣਾਉਂਦਾ, ਇਹਦੇ ਕੋਲ ਟਾਈਮ ਹੈ ਕਿੱਥੇ ਇੰਨਾ ਫੋਨ ਚੋਰੀ ਕਰਨ ਦਾ? ਤੇ ਫੋਨ ਕਿੱਥੇ? ਤੇ ਫੋਨ ਕਿੱਥੇ ਚੋਰੀ ਹੋਇਆ ਸੀ? ਇਹ ਫੋਨ ਉਹਨਾਂ ਦੇ ਉੱਤੇ ਛੱਤ 'ਤੇ ਚੋਰੀ ਹੋਇਆ, ਇਹ ਥੱਲੇ ਰਹਿੰਦਾ ਦੁਕਾਨ। ਕਿਹਨਾਂ ਨੇ ਕੁੱਟਿਆ ਇਹਨਾਂ ਨੂੰ? ਇਹ ਪੁਲਿਸ, ਪੰਜਾਬ ਪੁਲਿਸ ਨੇ। ਕਿਹੜੀ ਪੁਲਿਸ? ਮਕਸੂਦਾਂ, ਪੰਜਾਬ ਪੁਲਿਸ, ਜਲੰਧਰ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।